ਜੀ ਆਇਆਂ ਨੂੰ ਖੁਸ਼ ਆਮਦੀਦ ਕਿਸਾਨ ਵੀਰੋ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਡੀਸੀ ਨਿਊਜ਼ ਦਾ ਇਹ ਖਾਸ ਉਪਰਾਲਾ ਅਸੀਂ ਇਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 2 ਲੈ ਹਾਜ਼ਰ ਹਾਂ ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 8699037369 ਜੇ ਤੁਸੀਂ ਮਿਸਟ ਕਾਲ ਕੀਤੀ ਜਾਂ ਵਟਸਐਪ ਕੀਤਾ ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ ਤੇ ਅੱਜ ਦਾ ਸਾਡਾ ਵਿਸ਼ਾ ਹੈ ਸੂਏ ਨਾਲ ਸੰਬੰਧਿਤ ਬਿਮਾਰੀਆਂ ਦਾ ਰੱਖੋ ਖਿਆਲ ਸੰਤੁਲਿਤ ਖੁਰਾਕ ਦੇ ਨਾਲ ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਡਾਕਟਰ ਲਖਵੀਰ ਸਿੰਘ ਨੇ ਡਾਕਟਰ ਸਾਹਿਬ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ شکریہ ਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅਜਾ ਡਾਕਟਰ ਸਾਹਿਬ ਪਹਿਲਾ ਸਵਾਲ ਤੇ ਤੁਹਾਡੇ ਤੋਂ ਇਹ ਹੀ ਜਾਨਣਾ ਚਾਹਾਂਗਾ ਕਿ ਪਸ਼ੂਆਂ ਵਿੱਚ ਸੂਣ ਤੋਂ ਬਾਅਦ ਕਿਹੜੇ ਕਿਹੜੇ ਮੈਟਾਬੋਲਿਕ ਡਿਸਆਰਡਰ ਜਿਸ ਨੂੰ ਅਸੀਂ ਸੂਏ ਨਾਲ ਸੰਬੰਧਿਤ ਬਿਮਾਰੀਆਂ ਕਹਿੰਦੇ ਆ ਉਹ ਵੇਖਣ ਨੂੰ ਮਿਲਦੀਆਂ ਨੇ ਤੇ ਇਸ ਦੇ ਜਿਹੜੇ ਕਾਰਨ ਨੇ ਉਹ ਕੀ ਰਹਿੰਦੇ ਨੇ ਜਿਹੜੀਆਂ ਸੂਏ ਨਾਲ ਸੰਬੰਧਿਤ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਮੈਟਾਬੋਲਿਕ ਡਿਸਆਰਡਰ ਕਹਿੰਦੇ ਆ ਜਾਂ ਪ੍ਰੋਡਕਸ਼ਨ ਡਿਜ਼ੀਜ਼ ਕਹਿੰਦੇ ਆ ਜਾਂ ਲਵੇਰਿਆਂ ਨਾਲ ਸੰਬੰਧਿਤ ਬਿਮਾਰੀਆਂ ਕਹਿੰਦੇ ਆ ਇਹ ਬਿਮਾਰੀਆਂ ਜਿਹੜੀਆਂ ਜ਼ਿਆਦਾਤਰ ਸੂਨ ਤੋਂ ਬਾਅਦ ਪਸ਼ੂਨ ਹੁੰਦੀਆਂ ਜੇ ਇਹਨਾਂ ਬਿਮਾਰੀਆਂ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਵਿੱਚ ਮੇਨਲੀ ਮੇਨਲੀ ਤਿੰਨ ਚਾਰ ਬਿਮਾਰੀਆਂ ਹੁੰਦੀਆਂ ਇਹ ਬਿਮਾਰੀਆਂ ਸਾਡੇ ਕਿਸਾਨ ਵੀਰਾਂ ਲਈ ਬਹੁਤ ਹੀ ਖਤਰਨਾਕ ਹੁੰਦੀਆਂ ਕਿਉਂਕਿ ਇੱਕ ਵਾਰ ਜਿਹੜਾ ਪਸ਼ੂ ਇਹਦੀ ਗ੍ਰਸਤ ਵਿੱਚ ਆ ਗਿਆ ਉਹ ਪਸ਼ੂ ਆਪਣੇ ਪੂਰੇ ਸੂਏ ਦੇ ਵਿੱਚ ਆਪਣੀ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਚੰਗੇ ਤਰੀਕੇ ਨਾਲ ਨਹੀਂ ਦੇ ਪਾਉਂਦਾ ਜੇ ਇਹਨਾਂ ਬਿਮਾਰੀਆਂ ਦੀ ਅਸੀਂ ਗੱਲ ਕਰੀਏ ਇਹਨਾਂ ਵਿੱਚ ਸੂਤਕੀ ਬੁਖਾਰ ਜਾਂ ਕਿਟੋਸਿਸ ਜਾਂ ਪਸ਼ੂ ਦਾ ਜੇਰ ਦਾ ਫਸ ਜਾਣਾ ਜਾਂ ਸੂਨ ਤੋਂ ਬਾਅਦ ਜਿਹੜੀਆਂ ਹਾਈ ਯੀਲਡ ਐਨੀਮਲਸ ਆ ਉਹਨਾਂ ਦਾ ਥੱਲੇ ਬੈਠ ਜਾਣਾ ਜਿਹਨਾਂ ਨੂੰ ਡੋਨਰ ਕਾਊ ਸ ਸਿੰਡਰੋਮ ਕਹਿੰਦੇ ਆ ਇਹ ਇੱਕ ਬਿਮਾਰੀ ਆ ਪੀਪੀਐਚ ਜਿਹਦੇ ਵਿੱਚ ਪਸ਼ੂਆਂ ਦੇ ਯੂਰਨ ਦੇ ਵਿੱਚ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਤਾਂ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਸਾਡੇ ਕਿਸਾਨ ਵੀਰਾਂ ਵਾਲੇ ਕਾਫੀ ਖਤਰਨਾਕ ਨੇ ਜੇ ਆਪਾਂ ਇਹਨਾਂ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਕਾਰਨਾਂ ਦੇ ਵਿੱਚ ਕੁਝ ਪਸ਼ੂ ਦੇ ਕਾਰਨ ਹੁੰਦੇ ਆ ਜਿੰਨਾ ਤੇ ਦੂਸਰੇ ਡਾਈਟਰੀ ਕਾਰਨ ਹੋ ਸਕਦੇ ਆ ਇਹਦੇ ਵਿੱਚ ਜਿੱਦਾਂ ਗੱਲ ਕਰੀਏ ਵੀ ਸਟ्रेस ਜਿਹੜਾ ਪਸ਼ੂ ਆ ਸਾਡਾ ਤਣਾਅ ਦੇ ਵਿੱਚ ਆ ਜੇ ਪਸ਼ੂ ਤਣਾਅ ਦੇ ਵਿੱਚ ਆਉਣ ਦੇ ਕਾਰਨ ਕੀ ਹੁੰਦਾ ਵੀ ਪਸ਼ੂ ਜਿਹੜਾ ਆਪਣੀ ਖਾਣਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਇਨਟੇਕ ਉਹ ਘੱਟ ਕਰ ਜਾਂਦਾ ਜਦੋਂ ਪਸ਼ੂ ਦਾ ਖਾਣਾ ਘਟਦਾ ਤਾਂ ਉਹ ਜਿਹੜੀ ਉਹਦੀ એનર્ਜੀ ਦੀ ਡੈਫੀਸ਼ੀਐਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਇਹ ਸਮੱਸਿਆਵਾਂ ਆਉਣ ਦੇ ਚਾਂਸਸ ਵੱਧ ਜਾਂਦੇ ਆ ਇਸ ਤੋਂ ਇਲਾਵਾ ਜਦੋਂ ਪਸ਼ੂ ਸੂਨ ਦੇ ਨੇੜੇ ਪਹੁੰਚਦਾ ਤਾਂ ਸਰੀਰ ਦੇ ਵਿੱਚ ਕਾਫੀ ਸਾਰੇ ਜਿਹੜੇ ਹਾਰਮੋਨਲ ਚੇਂਜਸ ਆਉਂਦੀਆਂ ਨੇ ਕਈ ਵਾਰ ਕੁਝ ਹਾਰਮੋਨਾਂ ਦਾ ਇੰਬੈਲੈਂਸ ਹੋ ਜਾਂਦਾ ਜਿਹਦੇ ਕਰਕੇ ਵੀ ਇਹ ਸਮੱਸਿਆਵਾਂ ਆ ਸਕਦੀਆਂ ਇਸ ਤੋਂ ਇਲਾਵਾ ਜਿਹੜਾ ਨਿਊਟ੍ਰੀਸ਼ਨ ਆ ਪਸ਼ੂ ਦੀ ਸੂਣ ਵਾਲੇ ਪਸ਼ੂ ਦੀ ਨਿਊਟ੍ਰੀਸ਼ਨ ਆ ਜਾਂ ਜਿਹੜਾ ਦੁੱਧ ਦੇ ਰਿਹਾ ਪਸ਼ੂ ਉਹਨਾਂ ਦੇ ਵਿੱਚ ਕਾਫੀ ਅੰਤਰ ਹੁੰਦਾ ਤਾਂ ਜੇ ਨਿਊਟ੍ਰੀਸ਼ਨਲ ਕੋਈ ਡੈਫੀਸ਼ੀਐਂਸੀ ਹੋ ਜੇ ਨਿਊਟ੍ਰੀਸ਼ਨਲ ਇਮਬੈਲੈਂਸ ਹੋ ਜੇ ਤਾਂ ਵੀ ਇਹ ਬਿਮਾਰੀਆਂ ਜਿਹੜੀਆਂ ਉਹ ਆ ਸਕਦੀਆਂ ਤੇ ਇਹ ਬਿਮਾਰੀਆਂ ਸਾਡੇ ਕਿਸਾਨ ਵੀਰਾਂ ਲਈ ਕਾਫੀ ਪਰੇਸ਼ਾਨ ਕਰਨ ਵਾਲੀਆਂ ਬਿਮਾਰੀਆਂ ਹੁੰਦੀਆਂ ਤੇ ਇਹਨਾਂ ਦਾ ਬਚਾਅ ਸਾਨੂੰ ਆਪਣੇ ਫਾਰਮ ਤੇ ਜ਼ਰੂਰ ਕਰਨਾ ਚਾਹੀਦਾ ਮਤਲਬ ਮੁੱਖ ਤੌਰ ਤੇ ਵੇਖਿਆ ਜਾਏ ਜਿਵੇਂ ਅਸੀਂ ਮਨੁੱਖ ਦੇ ਵਿੱਚ ਵੇਖਦੇ ਹਾਂ ਕਿ ਸਟ੍ਰੈਸ ਹਾਰਮੋਨਲ ਚੇਂਜਸ ਤੇ ਨਿਊਟ੍ਰੀਸ਼ਨ ਦੇ ਵਿੱਚ ਜੇ ਕੋਈ ਉੱਤੇ ਤੇ ਉਹਨਾਂ ਨੂੰ ਬਿਮਾਰੀਆਂ ਨਾਲ ਦੋ ਚਾਰ ਹੋਣਾ ਪੈਂਦਾ ਓਦਾਂ ਹੀ ਪਸ਼ੂਆਂ ਨੂੰ ਸਾਡੇ ਪਸ਼ੂਆਂ ਨੂੰ ਵੀ ਹੋਣਾ ਪੈਂਦਾ ਤੇ ਉਸ ਦਾ ਧਿਆਨ ਰੱਖਿਆ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਤੇ ਇਥੇ ਡਾਕਟਰ ਸਾਹਿਬ ਜਿਵੇਂ ਤੁਸੀਂ ਖੁਰਾਕ ਦੀ ਗੱਲ ਕੀਤੀ ਹੈ ਕਿ ਖੁਰਾਕ ਦਾ ਸਬੰਧ ਵੀ ਹੈ ਇਹਨਾਂ ਦੇ ਨਾਲ ਤੇ ਖੁਰਾਕ ਦੇ ਹਵਾਲੇ ਨਾਲ ਕਿਸਾਨ ਵੀਰਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੀਆਂ ਆਪਾਂ ਅੱਜ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਲਵੇਰੇ ਪਸ਼ੂਆਂ ਨਾਲ ਸੰਬੰਧਿਤ ਬਿਮਾਰੀਆਂ ਨੇ ਇਹ ਬਹੁਤ ਹੱਦ ਤੱਕ ਪਸ਼ੂਆਂ ਦੀ ਖੁਰਾਕ ਨਾਲ ਸੰਬੰਧ ਰੱਖਦੀਆਂ ਜੇ ਪਸ਼ੂਆਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਪਸ਼ੂ ਦੇ ਸੂਣ ਤੋਂ ਜਿਹੜਾ ਆਪਾਂ 2 ਮਹੀਨੇ ਪਹਿਲਾਂ ਪਸ਼ੂ ਨੂੰ ਡਰਾਈ ਕਰ ਦਿੰਨੇ ਆ ਤਾਂ ਸਾਨੂੰ ਪਸ਼ੂ ਦੇ ਖਰਾਕ ਦਾ ਧਿਆਨ 2 ਮਹੀਨੇ ਪਹਿਲਾਂ ਰੱਖਣਾ ਸਟਾਰਟ ਕਰ ਦੇਣਾ ਚਾਹੀਦਾ ਜੇ ਖਾਸ ਕਰਕੇ ਆਪਾਂ ਗੱਲ ਕਰੀਏ ਪਸ਼ੂ ਦੇ ਸੂਣ ਤੋਂ ਪਹਿਲਾਂ ਜਿਹਨੂੰ ਆਪਾਂ 21 ਦਿਨ ਦਾ ਸਮਾਂ ਮੰਨਦੇ ਆ ਜਿਹਨੂੰ ਕਿ ਟਰਾਂਜ਼ਿਟ ਪੀਰੀਅਡ ਆਖਿਆ ਜਾਂਦਾ ਤਾਂ ਟਰਾਂਜ਼ਿਟ ਪੀਰੀਅਡ ਦੇ ਦੌਰਾਨ ਪਸ਼ੂ ਦੀ ਖਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ ਡੇਰੀ ਫਾਰਮਰ ਕਮਰਸ਼ੀਅਲ ਲੈਵਲ ਤੇ ਕੰਮ ਕਰ ਰਹੇ ਨੇ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਸ਼ੂ ਨੂੰ ਸੰਭਰੇ ਨੇ ਉਹ ਇਹਨਾਂ ਬਾਰੇ ਕਾਫੀ ਜਾਣਕਾਰੀ ਰੱਖਦੇ ਆ ਉਹ ਸੂਣ ਵਾਲੇ ਜਿਹੜੇ ਪਸ਼ੂ ਆ ਜਿਨ੍ਹਾਂ ਦੇ 21 ਦਿਨ ਜਾਂ ਆਪਾਂ ਕਹ ਲਈਏ 2 ਮਹੀਨੇ ਪਹਿਲਾਂ ਉਹਨਾਂ ਨੂੰ ਅਲੱਗ ਕਰਦੇ ਆ ਦੂਸਰੇ ਪਸ਼ੂਆਂ ਤੋਂ ਉਹਨਾਂ ਦੀ ਜਿਹੜਾ ਖਾਣਾ ਵਾ ਉਹਨਾਂ ਦੀ ਪੂਰੀ ਡਾਈਟ ਬਣਾ ਕੇ ਇੱਕ ਵਧੀਆ ਕਿਸੇ ਡਾਕਟਰ ਤੋਂ ਡਾਈਟ ਬਣਾ ਕੇ ਉਹਨਾਂ ਨੂੰ ਪੂਰਾ ਖਾਣਾ ਦਿੰਦੇ ਆ ਪੂਰੀ ਬੈਲੈਂਸਡ ਡਾਈਟ ਦਿੰਦੇ ਆ ਉਹ ਜਿਹਦੇ ਨਾਲ ਇਹ ਸਮੱਸਿਆਵਾਂ ਹੋਣ ਦੇ ਚਾਂਸਸ ਘਟ ਜਾਂਦੇ ਆ ਪਰ ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਜਿਹੜੇ ਸਾਡੇ ਪਿੰਡਾਂ ਲੈਵਲ ਤੇ ਛੋਟੇ ਫਾਰਮਰ ਨੇ ਜਾਂ ਜਿਹੜੇ ਫਾਰਮਰ ਛੋਟੇ ਤੌਰ ਤੇ ਡੇਰੀ ਦਾ ਧੰਦਾ ਕਰ ਰਹੇ ਨੇ ਉਹ ਇਸ ਤੋਂ ਉਲਟ ਕੰਮ ਕਰਦੇ ਜਿਹੜੇ ਅਸੀਂ ਫੀਲਡ ਦੇ ਵਿੱਚ ਦੇਖਦੇ ਆਂ ਵੀ ਪਸ਼ੂ ਨੂੰ ਡਰਾਈ ਕਰਨ ਦੇ ਬਾਅਦ ਚ ਇੱਕ ਇੱਕ ਮਹੀਨਾ ਉਹਨੂੰ ਪਸ਼ੂ ਨੂੰ ਕੁਝ ਨਹੀਂ ਦਿੰਦੇ ਖਾਣ ਲਈ ਇਸ ਕਰਕੇ ਪਸ਼ੂ ਪਹਿਲਾਂ ਹੀ ਨੈਗੇਟਿਵ એનર્ਜੀ ਬੈਲੈਂਸ ਤੇ ਚਲਾ ਜਾਂਦਾ ਔਰ ਜਦ ਸੂਣ ਦੇ ਵਿੱਚ 20 25 ਦਿਨ ਰਹਿ ਜਾਂਦੇ ਆ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਜਿਵੇਂ ਜਿਸ ਤਰ੍ਹਾਂ ਅਸੀਂ ਫੀਲਡ 'ਚ ਦੇਖਦੇ ਆਂ ਕੋਈ ਸਰੋਂ ਦਾ ਤੇਲ ਦਿੰਦਾ ਕੋਈ ਡਾਲਡਾ ਕਿਉਂ ਦਿੰਦਾ ਕੋਈ ਦੇਸੀ ਕਿਉਂ ਤੱਕ ਵੀ ਪਾ ਦਿੰਦਾ ਜਿੰਨਾ ਚੀਜ਼ਾਂ ਦੀ ਪਸ਼ੂ ਨੂੰ ਜ਼ਰੂਰਤ ਨਹੀਂ ਉਹ ਚੀਜ਼ਾਂ ਪਸ਼ੂ ਦੇ ਟਰਾਂਜ਼ਿਟ ਪੀਰੀਅਡ ਦੇ ਵਿੱਚ ਦਿੱਤੀਆਂ ਜਾਂਦੀਆਂ ਕਈ ਲੋਕ ਪੀਪੀ ਵਾਲੀ ਕੈਲਸ਼ੀਅਮ ਦੇਣੀ ਸਟਾਰਟ ਕਰ ਦਿੰਦੇ ਆ ਮਿਨਰਲ ਮਿਕਚਰ ਸਟਾਰਟ ਕਰ ਦਿੰਦੇ ਆ ਜਿਹੜਾ ਕਿ ਕੁੱਲ ਮਿਲਾ ਕੇ ਉਸ ਸਮੇਂ ਦੇ ਵਿੱਚ ਨਹੀਂ ਚਾਹੀਦਾ ਤੇ ਇਹ ਕਾਰਨ ਬਣ ਜਾਂਦਾ ਇੱਕ ਮੇਨ ਕਾਰਨ ਬਣ ਜਾਂਦਾ ਵੀ ਉਹ ਪਸ਼ੂ ਦੇ ਵਿੱਚ ਇਹ ਮੈਟਾਬੋਲਿਕ ਡਿਸਆਰਡਰ ਜਿਹੜੇ ਆਉਣ ਦਾ ਜਿਹੜਾ ਚਾਂਸ ਆ ਉਹ ਵੱਧ ਜਾਂਦੇ ਨੇ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਤੇ ਜਿਹੜਾ ਆਪਣਾ ਸੂਣ ਵਾਲਾ ਪਸ਼ੂ ਆ ਅਸੀਂ ਉਹਦਾ ਡੀਕੈਟ ਬੈਲੈਂਸ ਕਰਨਾ ਹੁੰਦਾ ਡੀਕੈਟ ਦਾ ਮਤਲਬ ਹੈ ਡਾਈਟਰੀ ਕਟਾਈਨ ਅ ਨਾਇਨ ਡਿਫਰੈਂਸ ਜੇਕਰ ਸਾਡਾ ਸੂਣ ਵਾਲਾ ਪਸ਼ੂ ਜਿਹਦੇ ਸੂਣ ਦੇ ਵਿੱਚ 15 20 ਦਿਨ ਰਹਿ ਗਏ ਆ ਅਸੀਂ ਉਹਦੇ ਪਿਸ਼ਾਬ ਦੀ ਪੀਐਚ ਕਰਦੇ ਆ ਬੜਾ ਇੱਕ ਨਿਕਲ ਜੀ ਆਸਾਨ ਜਿਹਾ ਤਰੀਕਾ ਵੀ ਆਪਾਂ ਪੀਐਚ ਪੇਪਰ ਲੈ ਕੇ ਪਸ਼ੂ ਦਾ ਪਿਸ਼ਾਬ ਚੈੱਕ ਕਰਨਾ ਜੇ ਪਸ਼ੂ ਦੇ ਪਿਸ਼ਾਬ ਦੀ ਪੀਐਚ ਉਹ 6 ਤੋਂ 7 ਦੇ ਵਿੱਚ ਆਉਂਦੀ ਆ ਤੇਰਾ ਯੂਰਿਨ ਟੈਸਟ ਹੋ ਗਿਆ ਯੂਰਿਨ ਟੈਸਟ ਹੋ ਗਿਆ ਜੇ 6 ਤੋਂ 7 ਦੇ ਵਿੱਚ ਆਉਂਦੀ ਆ ਤਾਂ ਬਹੁਤ ਹੱਦ ਤੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਪਸ਼ੂ ਨੂੰ ਮੈਟਾਬੋਲਿਕ ਡਿਸਆਰਡਰ ਜਿਹੜੇ ਆ ਉਹ ਨਹੀਂ ਹੋਣਗੇ ਕਿਉਂਕਿ ਜੋ ਰਿਕੁਆਇਰਡ ਆ ਹੋਗੀ ਇਸ ਸਮੇਂ ਦੌਰਾਨ ਪਸ਼ੂ ਨੂੰ ਅਨਾਇਨਿਕ ਡਾਈਟ ਦੇਣੀ ਚਾਹੀਦੀ ਹੈ ਸਿੰਪਲ ਜਿਹਾ ਆਪਣੇ ਘਰਾਂ ਦੇ ਵਿੱਚ ਠਿੱਕਰੀ ਨਿਸ਼ਾਦਰ ਹੁੰਦਾ ਜਾਂ ਮੈਗਨੀਸ਼ੀਅਮ ਸਲਫੇਟ ਹੁੰਦਾ ਤਾਂ ਪਸ਼ੂ ਦੇ ਬਾਡੀ weight ਦੇ ਨਾਲ ਉਹਦੀ ਡਾਈਟ ਦੇ ਵਿੱਚ ਅਸੀਂ ਇਹ ਐਡ ਕਰ ਸਕਦੇ ਹਾਂ ਤਾਂ ਜੋ ਪਸ਼ੂਏ ਹੋਣ ਵਾਲੀਆਂ ਜਿਹੜੀਆਂ ਸੂਏ ਨਾਲ ਸੰਬੰਧਿਤ ਬਿਮਾਰੀਆਂ ਲਵੇਰਿਆਂ ਨਾਲ ਸੰਬੰਧਿਤ ਬਿਮਾਰੀਆਂ ਉਸ ਤੋਂ ਸਾਡਾ ਪਸ਼ੂ ਜਿਹੜਾ ਬਚ ਸਕੇ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦੇ ਰਹੇ ਹੋ ਤੇ ਮੈਨੂੰ ਲੱਗਦਾ ਹੈ ਕਿ ਕਈ ਕਿਸਾਨ ਵੀਰ ਜਿਹੜੇ ਨੇ ਉਹ ਜਹੀ ਸਮੱਸਿਆ ਲੈ ਕੇ ਤੁਹਾਡੇ ਕੋਲ ਆਉਂਦੇ ਵੀ ਹੋਣਗੇ ਤੇ ਉਸ ਦਾ ਤੁਸੀਂ ਨਿਪਟਾਰਾ ਵੀ ਕਰਦੇ ਹੋਗੇ ਜੀ ਬਿਲਕੁਲ ਤੇ ਡਾਕਟਰ ਸਾਹਿਬ ਹੋਣਾ ਸੀ ਸਿੱਧਾ ਸੰਪਰਕ ਸਾਧਾਂ ਕੇ ਕਾਲ ਦੇ ਜ਼ਰੀਏ ਕਿਸਾਨਾਂ ਦੇ ਨਾਲ ਉਹਨਾਂ ਦੇ ਸਵਾਲ ਜਾਣਾਂਗੇ ਪਹਿਲੇ ਕਿਸਾਨ ਵੀਰ ਚੈਨਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕੀ ਨਾਜੀ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਪ੍ਰਦੀਪ ਸਿੰਘ ਬੋਲ ਰਿਹਾ ਜੀ ਦੋਸਾਂਹੇ ਰੋੜ ਮੋਗਾ ਤੋਂ ਜੀ हां जी प्रदीप जी अपना सवाल पूछो हां जी मैना जी डॉक्टर साहब वही पूछना ਸੀਗਾ ਕਿ ਮੇਰੇ ਨਾਲ ਕਾਫੀ ਪਸ਼ੂ ਰੱਖੇ ਹੋਏ ਆ ਤੇ ਉਹਨਾਂ ਨੂੰ ਨਾ ਸੂਤ ਕੀ ਬੁਖਾਰ ਬਾਰੇ ਕਾਫੀ ਪ੍ਰੋਬਲਮ ਕਈ ਵਰਾ ਆ ਜਾਂਦੀ ਹੈ ਤੇ ਉਹਨਾਂ ਨੂੰ ਮਤਲਬ ਆਪਾਂ ਕਹਦੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਮਤਲਬ ਇਸ ਚੀਜ਼ ਤੋਂ ਕਿਵੇਂ ਬਚਾਇਆ ਜਾ ਸਕਦਾ ਹੈਗਾ ਡਾਕਟਰ ਨੂੰ ਪੁੱਛਣਾ ਸੀ ਜੀ ਜੀ ਬਿਲਕੁਲ प्रदीप जी ਤੁਹਾਡਾ ਕੁਐਸਚਨ ਬਹੁਤ ਵਧੀਆ ਕੁਐਸਚਨ ਹੈ ਕਿਉਂਕਿ ਸੂਤ ਕੀ ਬੁਖਾਰ ਦੀ ਜਿਹੜੀ ਦਿੱਕਤ ਹੈ ਇਹ ਆਮ ਹੀ ਸਾਨੂੰ ਫੀਲਡ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਬਹੁਤ ਸਾਰੇ ਪਸ਼ੂ ਜਿਹੜੇ ਆ ਇਹਦੇ ਤੋਂ ਗ੍ਰਸਤ ਹੁੰਦੇ ਨੇ ਵੈਸੇ ਆਪਾਂ ਗੱਲ ਕਰੀਏ ਤਾਂ ਸੂਤ ਕੀ ਬੁਖਾਰ ਨੂੰ ਆਪਾਂ ਮਿਲਕ ਫੀਵਰ ਕਹਿੰਦੇ ਆ ਜਿਸ ਤਰ੍ਹਾਂ ਫੀਵਰ ਦੀ ਗੱਲ ਆਈ ਆ ਤਾਂ ਬਹੁਤ ਸਾਰੇ ਕਿਸਾਨਾਂ ਦੇ ਮਨ 'ਚ ਇਹ ਜਾਂਦਾ ਵੀ ਇਹਦੇ ਨਾਲ ਖੜੀ ਟੈਂਪਰੇਚਰ ਵੱਧਦਾ ਹੋਊਗਾ ਪਰ ਇਸ ਬਿਮਾਰੀ ਦੇ ਵਿੱਚ ਦਿੱਕਤ ਉਲਟ ਹੁੰਦੀ ਆ ਸੂਨ ਤੋਂ ਬਾਅਦ ਪਸ਼ੂ ਥੱਲੇ ਬੈਠ ਜਾਂਦਾ ਔਰ ਪਸ਼ੂ ਦਾ ਟੈਂਪਰੇਚਰ ਜਿਹੜਾ ਉਹ ਸਬਨਾਰਮਲ ਹੋ ਜਾਂਦਾ ਕਈ ਵਾਰ 99 99 ਦੇ ਆਸ-ਪਾਸ ਹੁੰਦਾ ਜੇ ਆਪਾਂ ਇਹਦੇ ਕਾਰਨਾਂ ਦੀ ਗੱਲ ਕਰੀਏ ਤੇ ਇਹਦੇ ਕਾਰਨ ਕਾਫੀ ਸਾਰੇ ਨੇ ਇਸ ਕਾਰਨਾਂ ਤੋਂ ਪਹਿਲਾਂ ਵੀ ਆਪਾਂ ਨੂੰ ਇਹਦੇ ਬਾਰੇ ਗਿਆਨ ਜ਼ਰੂਰ ਲੈਣਾ ਚਾਹੀਦਾ ਵੀ ਇਹ ਬਿਮਾਰੀ ਹੋਣ ਦੇ ਕੀ ਕੀ ਹੋਰ ਲੱਛਣ ਕੀ ਆਪਾਂ ਦੇਖ ਸਕਦੇ ਆ ਸਾਡਾ ਪਸ਼ੂ ਜਿਹੜਾ ਉਹ ਖਾਣਾ ਪੀਣਾ ਛੱਡ ਕੇ ਥੱਲੇ ਬੈਠ ਜਾਂਦਾ ਜੇ ਆਪਾਂ ਨਾਰਮਲ ਕੈਲਸ਼ੀਅਮ ਲੈਵਲ ਦੀ ਗੱਲ ਕਰੀਏ ਤਾਂ ਪਸ਼ੂ ਦੇ ਸਰੀਰ ਵਿੱਚ ਨਾਰਮਲੀ 9 ਤੋਂ ਲੈ ਕੇ 12 ਐਮਜੀ ਪਰ ਡੈਸਿਲਟਰ ਕੈਲਸ਼ੀਅਮ ਹੁੰਦੀ ਹੈ ਜੇਕਰ ਸਬਕਲੀਨਿਕਲ ਇਹ ਬਿਮਾਰੀ ਆ ਜਾਏ ਸੂਤਕੀ ਬੁਖਾਰ ਤਾਂ ਲਗਭਗ 6 ਤੋਂ 8 ਦੇ ਵਿੱਚ ਆ ਜਾਂਦੀ ਹੈ 5 ਦੇ ਆਸ-ਪਾਸ ਜੇ ਕੈਲਸ਼ੀਅਮ ਲੈਵਲ ਆ ਜਾਂ ਤਾਂ ਪਸ਼ੂ ਕਲੀਨਿਕਲੀ ਇਸ ਬਿਮਾਰੀ ਤੋਂ ਇਫੈਕਟ ਹੋ ਜਾਂਦਾ ਜਿਹੜੇ ਸਾਡੇ ਪਸ਼ੂ ਸੁੰਦੇ ਆ ਜਿਹੜੇ ਹਾਈ ਯੀਲਡ ਐਨੀਮਲਸ ਖਾਸ ਕਰਕੇ ਆਪਾਂ ਗੱਲ ਕਰੀਏ ਜਿਆਦਾ ਦੁੱਧ ਦਿੰਦੇ ਆ ਉਹਨਾਂ ਵਿੱਚ ਇਹ ਦਿੱਕਤ ਆਉਣ ਦੇ ਕਾਫੀ ਸੁਭਾਵਨਾ ਹੁੰਦੀ ਹੈ ਦੂਸਰੀ ਗੱਲ ਇਹ ਆ ਵੀ ਜਿਹੜੀ ਇਹ ਦਿੱਕਤ ਨਿਕਲਜੀ ਪਸ਼ੂਆਂ 'ਚ ਆਉਂਦੀ ਆ ਤਾਂ ਇਹ ਦਿੱਕਤ ਦੂਸਰੀਆਂ ਬਿਮਾਰੀਆਂ ਨੂੰ ਹੋਰ ਸੱਦਾ ਦਿੰਦੀ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿਟੋਸਿਸ ਹੋ ਗਈ ਜਾਂ ਜੇਰ ਦਾ ਫਸਣਾ ਜਾਂ ਪੀਪੀਐਚ ਹੋ ਗਿਆ ਤਾਂ ਜਿਆਦਾ ਬਿਮਾਰੀ ਆਉਂਦੀ ਆ ਤਾਂ ਉਹਨਾਂ ਬਿਮਾਰੀਆਂ ਦੇ ਆਉਣ ਦੇ ਚਾਂਸਸ ਹੋਰ ਵੱਧ ਜਾਂਦੇ ਆ ਇਹ ਸਿੱਧੀ ਸਿੱਧੀ ਬਿਮਾਰੀ ਜਿਹੜੀ ਹੈਗੀ ਆ ਕੈਲਸ਼ੀਅਮ ਦੇ ਨਾਲ ਜੁੜੀ ਹੋਈ ਆ ਪਸ਼ੂ ਦੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਆਨ ਕਰਕੇ ਇਹ ਬਿਮਾਰੀ ਹੁੰਦੀ ਆ ਇਹਦੇ ਲਈ ਕੀ ਆ ਵੀ ਜਿਹੜੇ ਕਾਰਨਾਂ ਦੀ ਆਪਾਂ ਗੱਲ ਕਰ ਰਹੇ ਸੀ ਉਹਦੇ ਵਿੱਚ ਇਹ ਆ ਵੀ ਨਾਰਮਲੀ ਜਿਹੜਾ ਗੱਭਣ ਪਸ਼ੂ ਆ ਜਦ ਸੂਨ ਦੇ ਨੇੜੇ ਜਾਂਦਾ ਤਾਂ ਉਹਦੇ ਜਿਹੜੇ ਜੀ ਆਈਟੀ ਆ ਜਿਹਨੂੰ ਆਪਾਂ ਕਹਿੰਦੇ ਆ ਉਹਦੇ 'ਚੋਂ ਕੈਲਸ਼ੀਅਮ ਦੀ ਐਬਜ਼ોર્ਪਸ਼ਨ ਆਪਣੇ ਆਪ ਹੀ ਘੱਟ ਹੋ ਜਾਂਦੀ ਹੈ ਦੂਸਰਾ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਆ ਤੀਸਰਾ ਜਿਹੜਾ ਹੈਗਾ ਪਸ਼ੂ ਦੇ ਵਿੱਚ ਪੀਟੀਐਚ ਇੱਕ ਹਾਰਮੋਨ ਹੁੰਦਾ ਪੈਰਾਥਾਇਰੋਇਡ ਹਾਰਮੋਨ ਜਿਦੀ ਇਨਐਕਟੀਵੇਸ਼ਨ ਹੋ ਜੇ ਮਤਲਬ ਉਹ ਹਾਰਮੋਨ ਆਪਣਾ ਕੰਮ ਬੰਦ ਕਰ ਦੇ ਤਾਂ ਵੀ ਇਹ ਦਿੱਕਤ ਆਉਂਦੀ ਹੈ ਦੇਖਣ ਵਿੱਚ ਇਹ ਆਉਂਦਾ ਵੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਵੀ ਜਿਹੜੇ ਸਾਡੇ ਛੋਟੇ ਕਿਸਾਨ ਵੀਰ ਨੇ ਉਹ ਸੂਣ ਤੋਂ ਪਹਿਲਾਂ ਅਜਿਹੀ ਖਰਾਕ ਪਾ ਦਿੰਦੇ ਪਸ਼ੂਆਂ ਨੂੰ ਜਿਦੀ ਜ਼ਰੂਰਤ ਨਹੀਂ ਜਿਹਦੇ ਕਰਕੇ ਕੀ ਹੁੰਦਾ ਜਿਹੜਾ ਪੈਰਾਥਾਇਰੋਇਡ ਹਾਰਮੋਨ ਆ ਉਹ ਆਪਣਾ ਕੰਮ ਬੰਦ ਕਰ ਦਿੰਦਾ ਕਿਉਂਕਿ ਪੈਰਾਥਾਇਰੋਇਡ ਹਾਰਮੋਨ ਆ ਜਿਹੜਾ ਉਹਦਾ ਕੰਮ ਕੀ ਹੈ ਵੀ ਜੋ ਪਸ਼ੂ ਨੇ ਖਾਦਾ ਜਿਹੜੀ ਉਹਦੇ ਚ ਕੈਲਸ਼ੀਅਮ ਆਈ ਉਹਨੂੰ ਫੜ ਕੇ ਹੱਡੀਆਂ ਚ ਲੈ ਕੇ ਜਾਂਦਾ ਤੇ ਜਦ ਪਸ਼ੂ ਦੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਆਉਂਦੀ ਹੈ ਤਾਂ ਉਹ ਹੱਡੀਆਂ ਚੋਂ ਬਾਹਰ ਕੱਢਦਾ ਜਦੋਂ ਆਪਣਾ ਪਸ਼ੂ ਸੁੰਦਾ ਜਦੋਂ ਆਪਣਾ ਪਸ਼ੂ ਬੱਚਾ ਪੈਦਾ ਕਰ ਦਿੰਦਾ ਤਾਂ ਜਿਹੜਾ ਪਹਿਲਾ ਦੁੱਧ ਆਉਂਦਾ ਜਿਹਨੂੰ ਅਸੀਂ ਬੌਲੇ ਕਹਿੰਦੇ ਆ ਤੇ ਬੌਲੇ ਦੇ ਵਿੱਚ ਜਿਹੜੀ ਕੈਲਸ਼ੀਅਮ ਆ ਨਾਰਮਲ ਦੁੱਧ ਤੋਂ ਦੁੱਗਣੀ ਨਿਕਲਦੀ ਹੈ ਇੱਕੇ ਵਾਰ ਸਰੀਰ ਚੋਂ ਜਿਹਦੇ ਕਰਕੇ ਇੱਕਦਮ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਆ ਜਾਂਦੀ ਹੈ ਉਸ ਤੋਂ ਜਿਹੜਾ ਆਪਣਾ ਪੈਰਾਥਾਇਰੋਇਡ ਹਾਰਮੋਨ ਹੈ ਉਹਨੇ ਆਪਣਾ ਕੰਮ ਬੰਦ ਕੀਤਾ ਹੋਇਆ ਤੇ ਪਸ਼ੂ ਐਟ ਦੀ ਐਂਡ ਜਾ ਕੇ ਕੈਲਸ਼ੀਅਮ ਦੀ ਕਰਮੀ ਕਰਕੇ ਇਸ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ मतलब मुख्तार ਦੇ ਵਿਖਿਆ ਜਾਂਦੇ ਖੁਰਾਕ ਦਾ ਜਿਹੜਾ ਹੈ ਉਹ ਬਹੁਤ ਮਹੱਤਵਪੂਰਨ ਯੋਗਿਕ ਬਿਲਕੁਲ ਜੀ ਮਹੱਤਵਪੂਰਨ ਯੋਗਦਾਨ ਵੀ ਹੈ ਔਰ ਸਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਵੀ ਸੂਣ ਵਾਲੇ ਪਸ਼ੂ ਨੂੰ ਕਦੇ ਮਿਨਰਲ ਮਿਕਸਚਰ ਕਦੇ ਵੀ ਪੀਪੀ ਵਾਲੀ ਜਿਹੜੀ ਕੈਨੀਆਂ ਦੇ ਵਿੱਚ ਕੈਲਸ਼ੀਅਮ ਆਉਂਦੀ ਹੈ ਜਾਂ ਕੈਲਸ਼ੀਅਮ ਜਾਂ ਦੁੱਧ ਵਾਲੇ ਪਸ਼ੂ ਦੀ ਖੁਰਾਕ ਉਹ ਨਹੀਂ ਪਾਉਣੀ ਚਾਹੀਦੀ ਜੇ ਜ਼ਰੂਰਤ ਆ ਟ੍ਰੇਸ ਮਿਨਰਲ ਪਾਓ ਪਸ਼ੂ ਦੀ ਖੁਰਾਕ ਸੂਣ ਵਾਲੇ ਪਸ਼ੂ ਦੀ ਖਰਾਕ ਹੀ ਪਾਓ ਜਿਹਦੇ ਵਿੱਚ 트ਾਂਜ਼ਿਟ ਜਿਹੜੀ ਪੀਰੀਅਡ ਹੁੰਦਾ ਜਿਹਨਾਂ ਆਪਾਂ ਗੱਲ ਕਰ ਰਹੇ ਆ ਟ੍ਰਾਂਜ਼ਿਟ ਪੀਰੀਅਡ ਦੇ ਉਹਦੇ ਵਿੱਚ ਟ੍ਰਾਂਜ਼ਿਟ ਫੀਡ ਆਉਂਦੀ ਆ ਅਲੱਗ-ਅਲੱਗ ਉਹ ਟ੍ਰਾਂਜ਼ਿਟ ਫੀਡ ਦੀ ਵਰਤੋਂ ਕਰੋ ਔਰ ਨਾਲ ਕਿਸੇ ਕੁਆਲੀਫਾਈਡ ਡਾਕਟਰ ਤੋਂ ਉਹਦਾ ਰਾਸ਼ਨ ਜਿਹੜਾ ਹੈਗਾ ਪ੍ਰਿਪੇਅਰ ਕਰਾਓ ਤਾਂ ਕਿ ਉਹ ਆਪਾਂ ਉਸ ਪਸ਼ੂ ਨੂੰ ਉਹ ਬਿਮਾਰੀਆਂ ਤੋਂ ਬਚਾ ਸਕੀ ਬਿਲਕੁਲ ਕਿਸਾਨ ਵੀਰੋ ਇਹ ਜਿਹੜੀਆਂ ਗੱਲਾਂ ਡਾਕਟਰ ਸਾਹਿਬ ਵੱਲੋਂ ਕਹੀਆਂ ਜਾ ਰਹੀਆਂ ਐ ਬਿਲਕੁਲ ਧਿਆਨ ਦੇਣ ਵਾਲੀਆਂ ਨੇ ਤੁਸੀਂ ਕਈ ਕਿਸਾਨ ਵੀਰ ਧਿਆਨ ਦਿੰਦੇ ਵੀ ਹੋਣਗੇ ਪਰ ਜੋ ਨਹੀਂ ਦਿੰਦੇ ਉਹਨਾਂ ਨੂੰ ਜ਼ਰੂਰ ਇਸ ਤੇ ਧਿਆਨ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਡਾਕਟਰ ਸਾਹਿਬ ਅਗਲੇ ਕਿਸਾਨ ਵੀਰ ਸਾਹ ਨਾਲ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ ਹਾਂ ਜੀ ਕੀ ਨਾਇ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਾਂ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਦੱਸੋ ਕਿੱਥੋਂ ਬੋਲ ਰਹੇ ਹੋ ਮੈਂ ਹਰਨੇਕ ਸਿੰਘ ਬੋਲਦਾ ਜੀ ਪਿੰਡ ਬਿਰਕ ਤੋਂ ਜੀ ਹਾਂ ਜੀ ਹਰਨੇਕ ਜੀ ਆਪਣਾ ਸਵਾਲ ਪੁੱਛੋ ਡਾਕਟਰ ਸਾਹਿਬ ਆਪਣੇ ਘਰ 10-12 ਡੰਗਰ ਰੱਖੇ ਹੋਏ ਨੇ ਗਾਵਾਂ ਜੀ ਦੋਦੋਵਾਲੀਆਂ ਜੀ ਇੱਕ گاਉ ਨੂੰ 20-25 ਦਿਨ ਹੋ ਗਏ ਜੀ ਸੋਈ ਨੂੰ ਉਹ ਲਗਾਤਾਰ ਹੁਣ ਦੁੱਧ ਵੀ ਘਟ ਰਹੀ ਆ ਤੇ ਪੱਠੇ ਵੀ ਥੋੜੇ ਜੇ ਘਟਾ ਰਹੀ ਆ ਜੀ ਨਿਤ ਦੇ ਨਿਤ ਖਾਣ ਲਈ ਕੀ ਕਾਰਨ ਹੋ ਸਕਦਾ ਜੀ ਉਹਦਾ ਹੱਲ ਦੱਸੋ ਜੀ ਸਾਨੂੰ ਜੀ ਜੀ ਬਿਲਕੁਲ ਅਰਨੇਕ ਜੀ ਜਿਹੜਾ ਆਪਣਾ ਪਸ਼ੂ ਆ ਜਿਹਨੂੰ ਸੋਏ ਨੂੰ 20-25 ਦਿਨ ਹੋ ਗਏ ਆ ਸਭ ਤੋਂ ਪਹਿਲਾਂ ਤਾਂ ਆਪਾਂ ਪਸ਼ੂ ਦਾ ਜਿਹੜਾ ਟੈਂਪਰੇਚਰ ਜ਼ਰੂਰ ਚੈੱਕ ਕਰਨਾ ਚਾਹੀਦਾ ਕਿਤੇ ਸਾਡੇ ਪਸ਼ੂ ਨੂੰ ਬੁਖਾਰ ਤਾਂ ਨਹੀਂ ਜਾਂ ਪਸ਼ੂ ਨੂੰ ਚਲਾਫਰਾ ਕੇ ਦੇਖੋ ਕਿਸੇ ਪ੍ਰਕਾਰ ਦੀ ਕੋਈ ਹੋਰ ਦਿੱਕਤ ਤਾਂ ਨਹੀਂ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਆਪਣਾ ਅੱਜ ਦਾ ਵਿਸ਼ਾ ਵੀ ਆ ਲਵੇਰੇ ਨਾਲ ਸੰਬੰਧਿਤ ਬਿਮਾਰੀਆਂ ਦੀ ਤਾਂ ਜਿਸ ਪਸ਼ੂ ਨੂੰ ਸੂਏ 20-25 ਦਿਨ ਜਾਂ ਮਹੀਨਾ ਹੋਇਆ ਹੋਵੇ ਉਸ ਪਸ਼ੂ ਦੇ ਵਿੱਚ ਜੇ ਇਹ ਲੱਛਣ ਮਿਲਦੇ ਆ ਵੀ ਪਸ਼ੂ ਲਗਾਤਾਰ ਦੁੱਧ ਘਟ ਕਰ ਰਿਹਾ ਹੈ ਖਾਣੇ ਪੀਣੇ ਤੋਂ ਛੱਡ ਰਿਹਾ ਹੈ ਖਾਸ ਤੌਰ ਤੇ ਫੀਡ ਹਰਾਚਾਰਾ ਇਹਨੂੰ ਘੱਟ ਖਾਊਗਾ ਸੁੱਕੀ ਤੂੜੀ ਨੂੰ ਜਾਂ ਕੱਲੇ ਆਚਾਰ ਨੂੰ ਖਾਣਾ ਪਸੰਦ ਕਰੂਗਾ ਤਾਂ ਇਹ ਆਪਾਂ ਨੂੰ ਥੋੜਾ ਜਿਹਾ ਇੰਡੀਕੇਟ ਕਰਦਾ ਵੀ ਸਾਡੇ ਪਸ਼ੂ ਨੂੰ ਕਿਤੇ ਕਿਟੋਸਿਸ ਦੀ ਬਿਮਾਰੀ ਤਾਂ ਨਹੀਂ ਹੋਗੀ ਜਿਹੜੀ ਕਿਟੋਸਿਸ ਦੀ ਬਿਮਾਰੀ ਆ ਇਹ ਇੱਕ ਮੈਟਾਬੋਲਿਕ ਡਿਸਆਰਡਰ ਆ ਜਿਹੜੇ ਸੂਣ ਤੋਂ ਬਾਅਦ ਹੁੰਦਾ ਇਹਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਣ ਦੀ ਗੱਲ ਇਹ ਆ ਵੀ ਇਹਦੇ ਚ ਕੈਲਸ਼ੀਅਮ ਦਾ ਕੋਈ ਜ਼ਿਆਦਾ ਵੱਡਾ ਰੋਲ ਨਹੀਂ ਹੁੰਦਾ ਕਈ ਵਾਰ ਅਸੀਂ ਦੇਖਿਆ ਵੀ ਫਾਰਮਰ ਕੈਲਸ਼ੀਅਮ ਦੀਆਂ ਬੋਤਲਾਂ ਲਾਉਂਦੇ ਆ ਜਾਂ ਕੈਲਸ਼ੀਅਮ ਪਲੋਣੀ ਸ਼ੁਰੂ ਕਰ ਦਿੰਦੇ ਪਰ ਫਿਰ ਵੀ ਰਿਕਵਰੀ ਨਹੀਂ ਹੁੰਦੀ ਇਹਦੇ ਚ ਆਪਾਂ ਜੋ ਆਪਾਂ ਫਾਰਮ ਲੈਵਲ ਤੇ ਆਪਣੇ ਚੀਜ਼ਾਂ ਚੈੱਕ ਕਰ ਸਕਦੇ ਆ ਉਹ ਇਹ ਆ ਵੀ ਆਪਣੇ ਪਸ਼ੂ ਨੂੰ ਸਮਲ ਕਰਕੇ ਦੇਖੋ ਉਹਦੇ ਮੂੰਹ ਚੋਂ ਪਸ਼ੂ ਦੇ ਮੂੰਹ ਚੋਂ ਜੇ ਐਸਡਿਕ ਸਮਲ ਜਾਂ ਆਪਾਂ ਕਹਿ ਲਈਏ ਵੀ ਪਸ਼ੂ ਦੇ ਮੂੰਹ ਚੋਂ ਬਦਬੂ ਆ ਰਹੀ ਹੈ ਦੂਸਰਾ ਸਾਡਾ ਪਸ਼ੂ ਆ ਹਰਾ ਪੱਠਾ ਜਾਂ ਫੀਡ ਖਾਨ ਨੂੰ ਘੱਟ ਪਸੰਦ ਕਰਦਾ ਸੁੱਕਾ ਚਾਰਾ ਜਾਂ ਨਾ ਖਾਣਾ ਪਸੰਦ ਕਰਦਾ ਤੀਸਰਾ ਜਿਹੜੇ ਪਸ਼ੂ ਦੀ ਮਿਲਕ ਦੀ ਫੈਟ ਆ ਜੇ ਖਾਸ ਕਰਕੇ ਆਪਾਂ ਗੱਲ ਕਰੀਏ ਐਚਐਫ ਗਾਂ ਦੀ ਤੇ ਮੋਰ ਥੈਨ 5 ਆਉਂਦੀ ਹੈ 5 ਤੋਂ ਜ਼ਿਆਦਾ ਮਿਲਕ ਦੀ ਫੈਟ ਆਉਂਦੀ ਹੈ ਕਈ ਵਾਰ ਅਸੀਂ ਫੀਲਡ 'ਚ ਦੇਖਦੇ ਹਾਂ 10 10 ਤੱਕ ਵੀ ਫੈਟ ਆ ਜਾਂਦੀ ਹੈ ਤਾਂ ਇਹ ਇੰਡੀਕੇਸ਼ਨ ਆ ਸਾਡੇ ਲਈ ਵੀ ਸਾਡਾ ਪਸ਼ੂ ਜਿਹੜਾ ਹੈਗਾ ਉਹ ਕਿਟੋਸਿਸ ਦੀ ਬਿਮਾਰੀ ਤੋਂ ਗ੍ਰਸਤ ਹੋ ਗਿਆ ਕਿਟੋਸਿਸ ਦੀ ਬਿਮਾਰੀ ਦੀ ਆਪਾਂ ਗੱਲ ਕਰੀਏ ਤਾਂ ਇੱਕ ਮੈਟਾਬੋਲਿਕ ਡਿਸਆਰਡਰ ਆ ਸੂਏ ਨਾਲ ਸੰਬੰਧਿਤ ਆ ਇਹਦੇ ਵਿੱਚ ਪਸ਼ੂ ਦੇ ਸਰੀਰ 'ਚ ਗਲੂਕੋਜ਼ ਦੀ ਕਮੀ ਹੁੰਦੀ ਹੈ ਔਰ ਪਸ਼ੂ ਜਿਹੜਾ ਹੈਗਾ ਉਹ ਡੇ ਬਾਈ ਡੇ ਹੌਲੀ ਹੌਲੀ ਦੁੱਧ ਘਟਾਉਂਦਾ ਜਾਂਦਾ ਸਰੀਰ ਦਾ ਭਾਰ ਤੋੜਦਾ ਜਾਂਦਾ ਇਹਦੇ ਲਈ ਜਿਹੜ ਜਿਹੜੇ ਇਲਾਜ ਦੀ ਗੱਲ ਕਰੀਏ ਤਾਂ ਕਿਸੇ ਕੁਆਲੀਫਾਈਡ ਡਾਕਟਰ ਨੂੰ ਬੁਲਾ ਕੇ ਉਹਦੇ ਸਿੰਪਟਮ ਦੇਖ ਕੇ ਆਪਾਂ ਇਲਾਜ ਦੇਖ ਸਕਦੇ ਆ ਇਸ ਤੋਂ ਇਲਾਵਾ ਪਸ਼ੂ ਦਾ ਯੂਰਿਨ ਜਾਂ ਪਸ਼ੂ ਦੇ ਆਪਾਂ ਕੁਝ ਬਲੱਡ ਟੈਸਟ ਵਗੈਰਾ ਵੀ ਕਰਾ ਸਕਦੇ ਆ ਇਹ ਕਨਫਰਮ ਕਰਨ ਲਈ ਕਿ ਸਾਡੇ ਪਸ਼ੂ ਨੂੰ ਕਿਤੇ ਕਿਟੋਸਿਸ ਦੀ ਬਿਮਾਰੀ ਤਾਂ ਨਹੀਂ ਇਹਦਾ ਜਿਹੜਾ ਇਲਾਜ ਆ ਦੂਸਰੀਆਂ ਜਿਹੜੀਆਂ ਬਿਮਾਰੀਆਂ ਦੀ ਆਪਾਂ ਗੱਲ ਕੀਤੀ ਆ ਜਿੱਦਾਂ ਮਿਲਕ ਸੂਤਕੀ ਬੁਖਾਰ ਹੋ ਗਿਆ ਜਾਂ ਕੋਈ ਹੋਰ ਮੈਟਾਬੋਲਿਕ ਡਿਜ਼ੀਜ਼ ਆ ਇਹਨਾਂ ਤੋਂ ਬਿਲਕੁਲ ਵੱਖਰਾ ਤੇ ਕਿਸੇ ਕੁਆਲੀਫਾਈਡ ਡਾਕਟਰ ਤੋਂ ਟਾਈਮ ਸਰ ਬੁਲਾ ਕੇ ਉਹਦਾ ਆਪਾਂ ਜਿਹੜਾ ਇਲਾਜ ਕਰਾਈਏ ਤੇ ਆਪਣੇ ਪਸ਼ੂ ਦੇ ਜਿਹੜੇ ਲੱਛਣ ਮੈਂ ਤੁਹਾਨੂੰ ਦੱਸੇ ਨੇ ਮਿਲਕ ਦੀ ਫੈਟ ਚੈੱਕ ਕਰਾਉਣੀ ਜਾਂ ਉਹਦਾ ਬਦਬੂ ਦੇਖਣੀ ਜਾਂ ਉਹ ਪਸ਼ੂ ਖਾਣ ਦੇ ਲਈ ਸੁੱਕਾ ਚਾਰਾ ਤਾਂ ਨਹੀਂ ਪ੍ਰੇਫਰ ਕਰ ਰਿਹਾ ਇਹ ਚੀਜ਼ਾਂ ਨੂੰ ਦੇਖ ਕੇ ਆਪਾਂ ਬੜੇ ਆਸਾਨ ਤਰੀਕੇ ਨਾਲ ਫਾਈਂਡ ਕਰ ਸਕਦੇ ਹਾਂ ਵੀ ਸਾਡੇ ਪਸ਼ੂ ਨੂੰ ਕਿਤੇ ਕਟੋਸਿਸ ਦੀ ਬਿਮਾਰੀ ਤਾਂ ਨਹੀਂ ਬਿਲਕੁਲ ਹਰਨੇਕ ਜੀ ਜਿਵੇਂ ਡਾਕਟਰ ਸਾਹਿਬ ਨੇ ਲੱਛਣ ਦੱਸੇ ਨੇ ਜੇ ਇਹ ਲੱਛਣ ਨਜ਼ਰ ਆ ਰਹੇ ਨੇ ਤੁਸੀਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਤੇ ਆਪਣੇ ਪਸ਼ੂ ਦਾ ਇਲਾਜ ਕਰਾਓ ਤੇ ਇਥੇ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ हां जी कीना जी ਤੁਹਾਡਾ ਕਿੱਥੋਂ ਬੋਲ ਰਹੇ ਹੋ ਸਰ ਮੈਂ ਬੋਲ ਰਿਹਾ ਨਿਆ ਪਿੰਡ ਸਾੜنگਰੇ ਤੋਂ ਜਿਲ੍ਹਾ ਅੰਮ੍ਰਿਤਸਰ ਹਾਂ ਜੀ ਤੁਹਾਡਾ ਨਾਮ ਕੀ ਹੈ ਜੀ ਜਗਰੂਪ ਸਿੰਘ ਜੀ ਜਗਰੂਪ ਜੀ ਆਪਣਾ ਸਵਾਲ ਪੁੱਛੋ ਸਰ ਅਈਨਾ ਚੰਗੀ ਵੀਰ ਪਰੋਂਦੇ ਹੈ ਸਰ ਪੂਰੇ ਕੈਲਸ਼ੀਅਮ ਵਗੈਰਾ ਸਾਰਾ ਕੁਝ ਬਈਦਾ ਸਰ ਜੇਰ ਕਿਉਂ ਆਰਦੀ ਹੈ ਜੀ ਹਾਂ ਜੀ ਬਿਲਕੁਲ ਜਗਰੂਪ ਜੀ ਜਿਹੜੀ ਜੇਰ ਫਸਣ ਦੀ ਦਿੱਕਤ ਹੈ ਇਹ ਪਿਛਲੇ ਕੁਝ ਸਮਿਆਂ ਤੋਂ ਆਪਣੇ ਜਿਵੇਂ ਜਿਵੇਂ ਪਸ਼ੂਆਂ ਦੇ ਦੁੱਧ ਦੀ ਜਿਹੜੀ ਦੇਣ ਦੀ ਕਪੈਸਿਟੀ ਵੱਧ ਰਹੀ ਹੈ ਇਹ ਕਾਫੀ ਆ ਰਹੀ ਹੈ ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਕਾਰਨਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਮੁੱਖਲੇ ਕਾਰਨ ਆ ਸਕਦੇ ਵੀ ਜਿਸ ਤਰ੍ਹਾਂ ਪਸ਼ੂ ਨੂੰ ਮਿਲਕ ਫੀਵਰ ਹੋ ਗਿਆ ਜਿਹਨੂੰ ਸੂਤਕੀ ਬੁਖਾਰ ਕਹਿੰਦੇ ਆ ਸੂਤਕੀ ਬੁਖਾਰ ਹੋਇਆ ਪਸ਼ੂ ਨੂੰ ਤਾਂ ਇਹ ਚਾਂਸਸ ਵਧ ਜਾਂਦੇ ਆ ਵੀ ਜਿਹੜੀ ਇਹ ਅੱਗੇ ਜੇਰ ਫਸਣ ਦੀ ਦਿੱਕਤ ਆ ਸਕਦੀ ਆ ਇਸ ਤੋਂ ਇਲਾਵਾ ਜੇ ਪਸ਼ੂ ਦੇ ਸੂਣ ਦੇ ਵਿੱਚ ਦਿੱਕਤ ਆ ਗਈ ਬੱਚਾ ਆਪਣੇ ਆਪ ਪੈਦਾ ਨਹੀਂ ਹੋ ਰਿਹਾ ਜਿਹਨੂੰ ਆਪ ਡਿਸਟੋਕੀਆ ਕਹਿੰਦੇ ਆ ਜੇ ਡਿਸਟੋਕੀਆ ਦਾ ਕੇਸ ਆ ਗਿਆ ਤਾਂ ਵੀ ਚਾਂਸਸ ਹੁੰਦੇ ਆ ਕਿ ਜੇਰ ਫਸ ਸਕਦੀ ਆ ਇਸ ਤੋਂ ਇਲਾਵਾ ਜੇ ਟਵਿਨਸ ਦਾ ਬਰਥ ਹੋ ਗਿਆ ਦੋ ਬੱਚੇ ਪੈਦਾ ਹੋਏ ਆ ਤਾਂ ਚਾਂਸਸ ਹੁੰਦੇ ਆ ਵੀ ਜੇਰ ਫਸੂਗੀ ਇਸ ਤੋਂ ਇਲਾਵਾ ਜਿਹੜੀਆਂ ਕੁਝ ਚੀਜ਼ਾਂ ਆਪਾਂ ਧਿਆਨ ਚ ਰੱਖਣੀਆਂ ਹੁੰਦੀਆਂ ਵੀ ਆਪਾਂ ਕੀ ਕਰੀਏ ਵੀ ਇਹ ਸਮੱਸਿਆ ਨਾ ਆਵੇ ਕਿਉਂਕਿ ਟਵਿਨਸ ਹੋ ਗਏ ਇਹ ਕੁਦਰਤ ਦੇ ਵਾਸਾ ਆਪਾਂ ਨੂੰ ਰੋਕ ਨਹੀਂ ਸਕਦੇ ਜੇ ਬਰਥ ਦੇ ਵਿੱਚ ਕੋਈ ਦਿੱਕਤ ਆ ਗਈ ਹੈ ਵੀ ਕੁਦਰਤ ਦੇ ਵਾਸਾ ਅਸੀਂ ਨਹੀਂ ਰੋਕ ਨਹੀਂ ਸਕਦੇ ਪਰ ਅਸੀਂ ਜਿਹੜੀ ਉਹਦੀ ਡਾਈਟ ਬਣਾਉਣੀ ਹੈ ਉਹ ਕਿਸੇ ਚੰਗੇ ਡਾਕਟਰ ਕੁਆਲੀਫਾਈਡ ਤੋਂ ਡਾਈਟ ਬਣਾਓ ਕਿਉਂਕਿ ਜਿਹੜਾ ਪਸ਼ੂ ਦੀ ਫੀਡ ਆਪਾਂ ਜਿਹੜੀ ਟਰਾਂਜਿਟ ਫੀਡ ਦੇ ਵਿੱਚ ਪੀਰੀਅਡ ਦੇ ਵਿੱਚ ਪਾਉਣੀ ਹੈ ਉਹਦੇ ਬੋਡੀ weight ਨਾਲ ਸੰਬੰਧਿਤ ਹੈ ਕੋਈ ਆਪਾਂ ਉਹਨੂੰ ਹਰਾਚਾਰਾ ਜਾਂ ਆਪਾਂ ਉਹਨੂੰ ਕੋਈ ਸਾਇਲੇ ਪਾਉਣਾ ਉਹ ਵੀ ਉਹਦੇ ਬੋਡੀ weight ਨਾਲ ਸੰਬੰਧਿਤ ਹੈ ਕਈ ਵਾਰੀ ਆਪਾਂ ਜਟਕੇ ਤਰੀਕੇ ਨਾਲ ਇੱਕੋ ਹੀ ਮਿਥਿਆ ਵੀ ਇੰਨਾ ਅਚਾਰ ਇੰਨੀ ਫੀਡ ਇੰਨੀ ਤੂੜੀ ਪਾ ਦੋ ਜੀ ਪਰ ਸਾਡੇ ਪਸ਼ੂ ਦਾ ਬੋਡੀ weight ਬਹੁਤ ਜ਼ਿਆਦਾ ਹੁੰਦਾ ਉਹਦੀ ਰਿਕੁਆਇਰਮੈਂਟ ਨਹੀਂ ਪੂਰੀ ਹੁੰਦੀ ਤੇ ਪਸ਼ੂ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਜਿਹੜੀ ਨਿਊਟ੍ਰੀਸ਼ਨਲ ਡੈਫੀਸ਼ੈਂਸੀ ਆ ਜਾਏ ਇਹ ਵੀ ਇੱਕ ਕਾਰਨ ਬਣਦੀ ਹੈ ਜੇਰ ਦੇ ਫਸਣ ਦਾ ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਸਾਡੇ ਪਸ਼ੂ ਦੀ ਜੇਰ ਵਾਕਿਆ ਫਸ ਗਈ ਆ ਕਈ ਵਾਰ ਕੀ ਹੁੰਦਾ ਪਿੰਡਾਂ 'ਚ ਆਪਾਂ ਦੇਖਦੇ ਆ ਤਿੰਨ ਚਾਰ ਘੰਟੇ ਬਾਅਦ ਹੀ ਫਾਰਮਰ ਨੂੰ ਇਹ ਹੁੰਦਾ ਵੀ ਪਸ਼ੂ ਨੇ ਜ਼ੇਰ ਨਹੀਂ ਪਾਈ ਔਰ ਉਹ ਬੁਲਾ ਕੇ ਕਿਸੇ ਡਾਕਟਰ ਨੂੰ ਉਹਦੀ ਜ਼ੇਰ ਕਢਵਾ ਦਿੰਦਾ ਉਹ ਅੱਧੀ ਜ਼ੇਰ ਨਿਕਲ ਜਾਂਦੀ ਹੈ ਅੱਧੀ ਵਿੱਚੇ ਰਹਿ ਜਾਂਦੀ ਹੈ ਉਹ ਸਾਡਾ ਪਸ਼ੂ ਸਮਾਂ ਖਰਾਬ ਹੋ ਜਾਂਦਾ ਸਾਨੂੰ ਘੱਟ ਤੇ ਘੱਟ 24 ਘੰਟੇ ਤੱਕ ਵੇਟ ਕਰਨੀ ਚਾਹੀਦੀ ਆ ਵੀ ਸਾਡੇ ਪਸ਼ੂ ਦੀ ਜ਼ੇਰ ਪੈ ਗਈ ਆਪਣੇ ਆਪ ਪੈ ਸਕਦੀ ਆ ਇਸ ਤੋਂ ਵੀ ਜਿਹੜਾ ਜ਼ਰੂਰੀ ਕਰਨ ਵਾਲਾ ਕੰਮ ਹੈ ਜਦੋਂ ਹੀ ਸਾਡਾ ਬੱਚਾ ਪੈਦਾ ਹੋਇਆ ਜਦੋਂ ਸਾਡੇ ਲਵੇਰੇ ਨੇ ਬੱਚਾ ਦੇਤਾ ਤੇ ਕੋਸ਼ਿਸ਼ ਕਰੋ ਵੀ ਉਹ ਬੱਚੇ ਨੂੰ 3 ਤੋਂ 4 ਘੰਟੇ ਦੇ ਅੰਦਰ ਅੰਦਰ ਪਹਿਲਾ ਜਿਹੜਾ ਦੁੱਧੋਂ ਮਾਂ ਦਾ ਪਲਾਓ ਜਿਹਨੂੰ ਆਪਾਂ ਬੌਲਾ ਕਹਿੰਦੇ ਆ ਇੱਕ ਤਾਂ ਇਹਦਾ ਇਹ ਫਾਇਦਾ ਹੋਊਗਾ ਵੀ ਸਾਡੇ ਬੱਚੇ ਲਈ ਉਹ ਇੱਕ ਤਰ੍ਹਾਂ ਦਾ ਆਪਾਂ ਕਹ ਲਈਏ ਵਰਦਾਨ ਹੈ ਬੱਚੇ ਦੀ ਸਿਹਤ ਲਈ ਬਹੁਤ ਵਧੀਆ ਦੂਸਰਾ ਕੀ ਹੈ ਕੁਦਰਤੀ ਤੌਰ ਤੇ ਆਕਸੀਟੋਸਿਨ ਦਾ ਰਿਸਾਬ ਜਿਹੜਾ ਹੈਗਾ ਉਹ ਦਿਮਾਗ 'ਚੋਂ ਹੁੰਦਾ ਜਿਹੜਾ ਕਿ ਮਦਦ ਕਰਦਾ ਜੇਰ ਪਾਉਣ ਦੇ ਵਿੱਚ ਅਸੀਂ ਫੀਲਡ ਦੇ ਵਿੱਚ ਜਾਂਦੇ ਦੇਖਦੇ ਆ ਕਈ ਪਿੰਡਾਂ ਦੇ ਵਿੱਚ ਇਹ ਰੌਂਸ ਬਣੀ ਹੁੰਦੀ ਹੈ ਵੀ ਜਿਹੜੇ ਪਸ਼ੂਆਂ ਦੀ ਧਾਰ ਜਿਹਨੂੰ ਆਪਾਂ ਕਹ ਲਈਏ ਦੁੱਧ ਚੋਣਾ ਪਹਿਲੀ ਧਾਰ ਕੱਢਣੀ ਹੈ ਉਹ 19 ਦਿਨ ਵੇਟ ਹੀ ਕਰਦੇ ਰਹਿੰਦੇ ਆ ਵੀ ਜੇਰ ਪਾਊਗੀ ਤਾਂ ਅਸੀਂ ਧਾਰ ਕੱਢਾਂਗੇ ਤੇ ਉਲਟ ਕੰਮ ਹੋ ਜਾਂਦਾ ਗਾਂ ਉਦੋਂ ਜਾਂ ਮੱਝ ਵੇਟ ਕਰ ਰਹੀ ਹੈ ਵੀ ਇਹ ਮੇਰੀ ਧਾਰ ਕੱਢਣ ਤੇ ਮੈਂ ਜੀਰ ਪਾਵਾਂ ਇਸ ਲਈ ਸਾਨੂੰ ਜਿੰਨੀ ਜਲਦੀ ਹੋ ਸਕੇ ਬੱਚੇ ਨੂੰ ਦੁੱਧ ਪਿਲਾਓ ਉਹਦਾ ਦੁੱਧ ਕੱਢੋ ਔਰ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਕਿ ਆਪਣੇ ਫਾਰਮ ਤੇ ਆਪਣੇ ਘਰ ਦੇ ਵਿੱਚ ਦਿੱਕਤਾਂ ਨਾ ਆਉਣ ਤੇ ਅਗਾ ਵਧੂ ਪਸ਼ੂ ਪਾਲਕ ਕੌਣ ਹੁੰਦਾ ਹੈ ਜੋ ਆਪਣੀ ਅਗਾ ਵਧੂ ਸੋਚ ਦੇ ਨਾਲ ਨਾ ਸਿਰਫ ਆਪ ਅੱਗੇ ਵਧਦਾ ਬਲਕਿ ਬਾਕੀ ਕਿਸਾਨਾਂ ਲਈ ਵੀ ਚਾਨਣ ਮੁਨਾਰਾ ਬਣਦਾ ਤੇ ਅਜੇ ਕਿਸਾਨ ਨਾਲ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਜੀ ਸੰਧੂ ਡੈਰੀ ਫਾਰਮ ਪਿੰਡ ਸੰਧੂ ਕਲਾਂ ਡਿਸਟ੍ਰਿਕਟ ਬਰਨਾਲਾ ਮੈਂ ਪਿਛਲੇ ਕਈ ਸਾਲਾਂ ਤੋਂ ਡੈਰੀ ਫਾਰਮ ਦਾ ਕੰਮ ਕਰ ਰਿਹਾ ਹਾਂ ਤਕਰੀਬਨ 2014 ਤੋਂ ਸਟਾਰਟ ਕੀਤਾ ਸੀ ਦੋ ਐਨੀਮਲਾਂ ਤੋਂ ਤੇ ਹੌਲੀ-ਹੌਲੀ ਇਹ ਐਨੀਮਲਾਂ ਦੀ ਬਰੀਡ ਤੇ ਕੰਮ ਕਰਦੇ ਗਏ ਅੱਜ ਤਕਰੀਬਨ 40-42 ਐਨੀਮਲ ਆ ਗਏ ਇਸ ਟਾਈਮ ਬਹੁਤ ਵਧੀਆ ਬਰੀਡ ਦੇ ਪੈਦਾ ਹੋ ਚੁੱਕੇ ਹੈਗੇ ਸਾਨੂੰ ਪਹਿਲਾਂ ਫੀਲਡ ਦੇ ਵਿੱਚ ਬਹੁਤ ਸਮੱਸਿਆਵਾਂ ਆਉਂਦੀਆਂ ਸੀ ਐਨੀਮਲਾਂ ਦੇ ਵਿੱਚ ਜਿਸ ਤਰ੍ਹਾਂ ਅਨੀਮਲ ਜਦੋਂ ਸੁੰਦੇ ਸੀਗੇ ਜੇਰ ਫਾਜਿਆਣੀ ਜਾਂ ਮਿਲਕ ਫੀਵਰ ਹੋਣਾ ਕਿਟੋਸਿਕ ਸੰਬੰਧੀ ਹੋਰ ਵੀ ਬਿਮਾਰੀਆਂ ਹੁੰਦੀਆਂ ਸੀਗੀਆਂ ਹੌਲੀ-ਹੌਲੀ ਫੀਲਡ ਦੇ ਵਿੱਚੋਂ ਇਹੇ ਚੀਜ਼ਾਂ ਅਸੀਂ ਕਾਇਤ ਕੀਤੀਆਂ ਸਿੱਖਿਆ ਇਹਦੇ ਬਾਰੇ ਹੁਣ ਅਸੀਂ ਬਰੀਡ ਤੇ ਜੇ ਗੱਲ ਕਰੀਏ ਬਰੀਡ ਦੇ ਪਿਛਲੇ ਮੇਲੇ ਦੇ ਵਿੱਚ ਅਸੀਂ ਜਰਸੀ ਬਊਆਂ ਦਾ ਕੰਪੀਟੀਸ਼ਨ ਲੜਿਆ ਸੀ ਜਿਨ੍ਹਾਂ ਨੇ ਪੀਡੀਐਫ ਤੇ ਚੌਥਾ ਤੇ ਸੱਤਵਾਂ ਥਾਂ ਹਾਸਲ ਕੀਤਾ ਉਹ ਵੀ ਅਸੀਂ ਅਸ਼ੀਸ਼ ਫੀਡ ਦੇ ਟੀਮ ਦੇ ਮਾਹਰਦਿਆਂ ਦੀ ਗਾਈਡੈਂਸ ਦੇ ਮੁਤਾਬਕ ਹੀ ਲੜਿਆ ਸੀ ਤੇ ਹੁਣ ਸਾਨੂੰ ਇਹ ਪਿਛਲੇ 1-2 ਸਾਲਾਂ ਤੋਂ ਇਹਨਾਂ ਦੇ ਜੁੜਨ ਦੇ ਨਾਲ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਸੀਗੀਆਂ ਕੀਟੋਸਿਸ ਸੰਬੰਧੀ ਜਾਂ ਆਰੋਪੀ ਦੀ ਜਾਂ ਮਿਲਕ ਫੀਵਰ ਦੀ ਉਹ ਸਮੱਸਿਆਵਾਂ ਸਾਡੀਆਂ ਬਿਲਕੁਲ ਖਤਮ ਹੋ ਗਈਆਂ ਬਿਨਾ ਟੀਮ ਦੇ ਬਿਨਾ ਨੌਲੇਜ ਤੋਂ ਇਹ ਕੰਮ ਪੂਰਾ ਸਕਸੈਸ ਨਹੀਂ ਹੋ ਸਕਦਾਗਾ ਅਸ਼ੀਸ਼ ਫੀਲਡ ਦੇ ਜੋ ਟੀਮ ਆਗੀ ਉਹ ਇੱਕ ਬਹੁਤ ਹੀ ਵਧੀਆ ਟੀਮ ਆਗੀ ਜਿਨ੍ਹਾਂ ਨੇ ਸਾਨੂੰ ਸਮੇਂ-ਸਮੇਂ ਤੇ ਆ ਕੇ ਗਾਈਡੈਂਸ ਕੀਤਾ ਸਾਡੀ ਸਾਈਲੇਜ ਰਿਪੋਰਟ ਸਾਡੇ ਐਨੀਮਲਾਂ ਦੀ ਰਿਪੋਰਟ ਅਤੇ ਫੀਲਡ ਦੀ ਰਿਪੋਰਟ ਲਾ ਕੇ ਉਹਨਾਂ ਦੀ ਡਾਈਟ ਪਲਾਨ ਬਣਾ ਕੇ ਦਿੱਤੇ ਹਰ ਸਮੇਂ ਅਲੱਗ-ਅਲੱਗ ਨਿਊਟ੍ਰੀਸ਼ਨ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਡਾਕਟਰ ਸਾਹਿਬਾਨਾਂ ਦੀ رائے ਦੇ ਮੁਤਾਬਕ ਹੀ ਇਹ ਡਾਈਟ ਪਲਾਨ ਦੇਣਾ ਚਾਹੀਦਾ ਜਿਹਦੇ ਨਾਲ ਲੰਮਾ ਸਮਾਂ ਤੇ ਲੰਬੀ ਪਤ ਪੀਕ ਤੇ ਮਿਲਕ ਪ੍ਰੋਡਕਸ਼ਨ ਲੈ ਸਕਦੇ ਹੈਗੇ ਤੇ ਪ੍ਰੋਫਿਟੇਬਲ ਧੰਦਾ ਹੋ ਸਕਦਾ ਤੇ ਇਹ ਬਿਮਾਰੀਆਂ ਤੋਂ ਆਪਾਂ ਛੁਟਕਾਰਾ ਪਾ ਸਕਦੇ ਹੈਗੇ ਕਿਸਾਨ ਵੀਰਾਂ ਨੂੰ ਇਹੀ ਸੁਨੇਹਾ ਦਿਨਾਗਾ ਕਿ ਆਪਣੇ ਪਸ਼ੂਆਂ ਨੂੰ ਜਿਹੜੀ ਸੂਣ ਵਾਲਿਆਂ ਨੂੰ 15 ਦਿਨ ਪਹਿਲਾਂ ਤੇ ਬਾਅਦ ਦੇ ਵਿੱਚ ਵੀ ਜਿਹੜੀ ਪੂਰੀ ਨਿਊਟ੍ਰੀਸ਼ਨ ਦੀ ਡਾਈਟ ਦੇਈਏ ਤੇ ਆਪਣੇ ਐਨੀਮਲਾਂ ਨੂੰ ਤੰਦਰੁਸਤ ਰੱਖੀਏ ਤੇ ਪ੍ਰੋਫਿਟੇਬਲ ਧੰਦਾ ਬਣਾਈਏ ਤੇ ਆਪਾਂ ਕੋਤਵੀ ਆਪਾਂ ਤੰਦਰੁਸਤ ਰਹੀਏ ਜੇ ਆਪਣੇ ਐਨੀਮਲ ਤੰਦਰੁਸਤ ਆ ਤਾਂ ਆਪਾਂ ਵੀ ਤੰਦਰੁਸਤ ਦੁੱਧ ਪੈਦਾ ਕਰ ਸਕਾਂਗੇ ਜਿਸ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ ਤੇ ਅੱਜ ਦਾ ਜੋ ਸਾਡਾ ਵਿਸ਼ਾ ਸੀ ਸੂਏ ਨਾਲ ਸੰਬੰਧਿਤ ਬਿਮਾਰੀਆਂ ਦਾ ਰੱਖੋ ਖਿਆਲ ਸੰਤੁਲਿਤ ਖੁਰਾਕ ਦੇ ਨਾਲ ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ उस उत्ते तो एक झात पाने आज दे डेयरी फार्म हेल्पलाइन सीजन टू ही डॉक्टर साहब बहुत बहुत धनबाद तो बहुत ही विस्तार पूर्वक तो जानकारी दी बहुत बहुत भी ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇਨਾ ਹੀ ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ 8699037369 ਇਸ ਉਤੇ ਮਿਸਟ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ ਆਪਣਾ ਤੇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ ਦਿਓ ਇਜਾਜ਼ਤ ਰੱਬ ਰੱਖਾ